ਦੋਸਤੋ ਗੱਲ ਕਰਾਂਗੇ ਗਦਰ 2 ਫਿਲਮ ਦੇ ਬਾਰੇ ਬਾਲੀਵੁੱਡ ਫਿਲਮਕਾਰ ਅਨਿਲ ਸ਼ਰਮਾ ਨੇ ਆਪਣੀ ਸੁਪਰ ਡੁੱਪਰ ਹਿੱਟ ਫਿਲਮ ਗਦਰ ਇੱਕ ਪ੍ਰੇਮ ਕਥਾ ਦਾ ਸੀਕਵਲ ਬਣਾਉਣ ਦੇ ਲਈ ਪੰਜਾਤ ਤੋਂ ਵੱਧ ਕਹਾਣੀਆਂ ਨੂੰ ਰਿਜੈਕਟ ਕੀਤਾ ਸੀ ਅਨਿਲ ਸ਼ਰਮਾ ਦੀ ਡਾਇਰੈਕਸ਼ਨ ਦੇ ਵਿੱਚ ਬਣੀ ਹੋਈ ਗਦਰ ਫਿਲਮ 2001 ਦੇ ਵਿੱਚ ਰਿਲੀਜ਼ ਹੋਈ ਸੀ ਤੇ ਉਸ ਫਿਲਮ ਦੇ ਵਿੱਚ ਸਾਨੀ ਦਿਓਲ ਅਮੀਸ਼ਾ ਪਟੇਲ ਅਤੇ ਅਮਰੇਸ਼ ਪੁਰੀ ਦਵਲ ਉਹ अहम ਕਿਰਦਾਰ ਨਿਭਾਏ ਗਏ ਸੀ 22 ਸਾਲਾਂ ਦੇ ਬਾਅਦ ਗਦਰ ਦੀ ਸੀਕਵਲ ਗਦਰ 2 ਰਿਲੀਜ਼ ਹੋਣ ਜਾ ਰਹੀ ਹੈ ਅਨਿਲ ਸ਼ਰਮਾ ਨੇ ਦੱਸਿਆ ਕਿ ਗਦਰ 2 ਨੂੰ ਬਣਾਉਣ ਦੇ ਲਈ 22 ਸਾਲ ਲੱਗੇ ਨੇ ਅਨਿਲ ਸ਼ਰਮਾ ਦਾ ਦੱਸਣਾ ਹੈ ਕਿ ਉਹਨਾਂ ਦੇ ਵੱਲੋਂ 50 ਤੋਂ ਵੱਧ ਕਹਾਣੀਆਂ ਗਦਰ ਦਾ ਸੀਕਵਲ ਬਣਾਉਣ ਦੇ ਲਈ ਜੋ ਰਿਜੈਕਟ ਕੀਤੀਆਂ ਗਈਆਂ ਨੇ ਤੇ ਹੁਣ ਫਾਈਨਲੀ ਗਦਰ 2 ਫਿਲਮ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਜੋ ਫਿਲਮ ਹੈ 11 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਦੁਬਾਰਾ ਤੋਂ ਲੋਕਾਂ ਦਾ ਇੰਟਰਸਟ ਗਦਰ ਫਿਲਮ ਦੇ ਵਿੱਚ ਲਿਆਉਣ ਦੇ ਲਈ ਉਹਨਾਂ ਦੇ ਵੱਲੋਂ ਗਦਰ ਫਿਲਮ ਨੂੰ ਇੱਕ ਵਾਰ ਫਿਰ ਤੋਂ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਜੋ ਹੈ ਸਿਨੇਮਾ ਘਰਾਂ ਦੇ ਵਿੱਚ ਗਦਰ 2 ਫਿਲਮ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਦਰਸ਼ਕਾਂ ਨੂੰ ਬੇਸਬਰੀ In to je...